ਆਸਟ੍ਰੇਲੀਆ ਤੇ ਲਿਥੁਆਨੀਆ ਦੇ ਵਿਦੇਸ਼ ਮੰਤਰੀ ਬੁੱਧਵਾਰ ਨੂੰ ਰਣਨੀਤੀ ਚੁਣੌਤੀਆਂ ਤੇ ਸਹਿਯੋਗ ਵਧਾਉਣ ਲਈ ਸਹਿਮਤ ਹੋਏ ਨੇ ਜਿਸ ਵਿੱਚ ਖਾਸ ਤੌਰ ਤੇ ਚੀਨ ਦੇ ਦਬਾਅ ਨਾਲ ਨਜਿੱਠਣਾ ਸ਼ਾਮਿਲ ਹੈ। ਲਿਥੁਆਨੀਆ ਦੇ ਵਿਦੇਸ਼ ਮੰਤਰੀ ਗੈਬਰੀ ਐਲੀਆਸ ਨੇ ਤੇ ਉਹਨਾਂ ਦੇ ਆਸਟ੍ਰੇਲੀਆ ਹਮਰੁਤਬਾ ਮਾਰਿਸ ਪਾਈਨ ਨੇ ਸੰਸਦ ਭਵਨ ਵਿੱਚ ਮੁਲਾਕਾਤ ਕੀਤੀ। ਬੀਜਿੰਗ ਨਾਲ ਵਿਗੜਦੇ ਰਿਸ਼ਤਿਆਂ ਵਿਚਕਾਰ ਕੋਲਾ, ਸ਼ਰਾਬ, ਗੋਮਾਸ, ਕ੍ਰੈਫਿਸ਼ ਅਤੇ ਜੌਂ ਦੇ ਵਪਾਰ ਤੇ ਚੀਨ ਦੀਆਂ ਰਸਮੀ ਅਤੇ ਗੈਰ ਰਸਮੀ ਪਾਬੰਦੀਆਂ ਤੋਂ ਆਸਟ੍ਰੇਲੀਆਈ ਐਕਸਪੋਰਟਾਂ ਨੂੰ ਅਰਬਾਂ ਡਾਲਰ ਦਾ ਨੁਕਸਾਨ ਝੱਲਣਾ ਪਿਆ। ਉੱਥੇ ਬਾਲਟਿਕ ਖੇਤਰ ਵਿੱਚ ਸਥਿਤ ਲਗਭਗ 28 ਲੱਖ ਆਬਾਦੀ ਵਾਲਾ ਦੇਸ਼ ਲਿਥੁਆਨੀਆ ਬੀਤੇ ਦਿਨੀ ਉਸ ਸਮੇਂ ਚੀਨ ਦੇ ਨਿਸ਼ਾਨੇ ਤੇ ਲਿਆ ਜਦੋਂ ਉਸਨੇ ਰਾਜਨੀਤਿਕ ਪਰੰਪਰਾ ਨੂੰ ਤੋੜਦੇ ਹੋਏ ਇਸ ਗੱਲ ਦੀ ਘੋਸ਼ਣਾ ਕੀਤੀ ਕਿ ਰਾਜਧਾਨੀ ਵਿਲਿਆਂਸੀ ਵਿੱਚ ਮੌਜੂਦ ਤਾਈਵਾਨ ਦੇ ਦਫ਼ਤਰ ਤੇ ਚੀਨੀ ਤਾਇਪੇ ਦੀ ਜਗ੍ਹਾ ਤਾਈਵਾਨ ਨਾਮ ਲਿਖਿਆ ਜਾਏਗਾ।